ਸਤਿ ਸ਼੍ਰੀ ਅਕਾਲ ਦੇਖ ਰਹੇ ਦਰਸ਼ਕਾਂ, ਸਵਾਗਤ ਹੈ। ਅੱਜ ਪੂਰਨ ਗੁਰਸਿੱਖ ਪਰਿਵਾਰ, ਪੂਰਾ ਹੀ ਪਰਿਵਾਰ ਗੁਰਸਿੱਖ ਹੈ, ਜੋ ਸਰਦਾਰ ਭੁਪਿੰਦਰ ਸਿੰਘ ਜੀ ਪਾਤੜਾਂ ਤੋਂ, ਇਹ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋਏ ਨੇ। ਸਰਦਾਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨੇ ਇਹਨਾਂ ਨੂੰ ਪਾਰਟੀ ਦੇ ਵਿੱਚ ਮਾਨ ਸਨਮਾਨ ਦਿੱਤਾ, ਸਿਰੋਂ ਪਾਓ ਪਾਇਆ। ਇਹਨਾਂ ਨਾਲ ਗੱਲ ਕਰਦੇ ਹਾਂ ਅੱਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਹਾਨੂੰ ਵਧਾਈਆਂ ਜੀ, ਤੁਸੀਂ ਇੱਕ ਸੱਚੀ ਸੁੱਚੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਹੋ, ਅਤੇ ਇਹਦੇ 'ਤੇ ਤੁਸੀਂ ਤੋਂ ਆਪਣੀ ਸੋਚ ਤੁਹਾਡੀ ਜੀ ਕੀ ਸੋਚ ਕੇ ਤੁਸੀਂ ਪਾਰਟੀ ਸ਼ਾਮਿਲ ਹੋਏ ਹੋ, ਕੀ ਅੱਗੇ ਤੁਹਾਡੇ ਕਰਨ ਦਾ ਇਰਾਦਾ ਹੈ ਜੀ? ਅਸੀਂ ਅੱਜ ਦੇ ਹਾਲਾਤ ਵੇਖ ਕੇ ਕਿ ਪੈਰ ਪੈਰ 'ਤੇ ਸਿੱਖ ਕੌਮ ਨਾਲ ਅਨਿਆਏ 'ਤੇ ਧੱਕਾ ਹੋ ਰਿਹਾ, ਇਹ ਸੋਚ ਕੇ ਸਾਰੇ ਹਾਲਾਤ ਨੂੰ ਵੇਖਦੇ ਹੋਏ ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਜੁਆਇਨ ਕੀਤਾ ਹੈ। ਅਤੇ ਜੋ ਵੀ ਮਾਨ ਸਾਹਿਬ ਪ੍ਰੋਫੈਸਰ ਸਾਹਿਬ ਸਾਡੀ ਡਿਊਟੀ ਲਾਉਣਗੇ, ਆਤਮਾ ਤੋਂ ਅਤੇ ਤਨ ਦੇਹ ਤੋਂ ਨਿਭਾਵਾਂਗੇ, ਇਹਨੀ ਬੇਨਤੀ ਕਹੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੀਤ ਸਿੰਘ ਜੀ ਸਹਿਜ ਭਰਾ, ਜੋ ਤੁਹਾਡੇ ਸਤਰਾਣੇ ਹਲਕੇ ਦੇ ਹੀ ਪਿੰਡ ਪੈਂਦਾ, ਗੁਰਮੀਤ ਸਿੰਘ ਨੂੰ ਅਸੀਂ ਪਾਰਟੀ 'ਚ ਸ਼ਾਮਿਲ ਕਰਦੇ ਹਾਂ ਜੀ। ਅੱਛਾ, ਵਾਹ ਜੀ ਵਾਹ, ਇਹਦਾ ਬਹੁਤ ਸੋਹਣਾ ਕੰਮ ਕਰਦੇ ਨੇ। ਬੋਲੇ ਸੋਹਣਾ, ਇਸ ਤੋਂ ਬਾਅਦ ਹੀਰਾ ਸਿੰਘ ਕਲਵਾਣੂ, ਜੋ ਕਲਵਾਣੂ ਤੋਂ ਆਏ ਨੇ, ਉਹ ਅੱਗੇ ਆਉਣ ਜੀ। ਆਓ ਜੀ, ਵਾਹ ਹੀਰਾ ਸਿੰਘ ਜੀ। ਬੋਲੇ ਸੋਹਣਾ, ਹੀਰਾ ਸਿੰਘ ਵਰਗੇ ਬੰਦੇ ਵੀ ਸਾਨੂੰ ਚਾਹੀਦੇ ਨੇ। ਆ ਕੀ ਦੱਸਿਆ ਨਾਮ? ਗੁਰਮੀਤ ਸਿੰਘ। ਗੁਰਮੀਤ ਸਿੰਘ, ਹਾਂ ਤਾਂ ਗੁਰਮੀਤ ਮੇਰੇ ਭਰਾ ਦਾ ਹੀ ਨਾਂ ਹੈ। ਗੁਰਮੀਤ, ਇਹ ਜਿਹੇ ਬੰਦੇ ਬਹੁਤ ਚਾਹੀਦੇ ਨੇ ਹੁਣ, ਕਿਉਂਕਿ ਸਾਡੀਆਂ ਹੁਣ ਬਾਹਰੀਆਂ ਜਿਸ ਹਿਸਾਬ ਨਾਲ ਹੋ ਗਈਆਂ ਨਾ, ਥੋੜ੍ਹਾ ਜਿਹਾ ਸਾਨੂੰ ਹੁਣ ਰੈਸਟ ਦਵਾਇਆ ਕਰੋ। ਸਰਦਾਰ ਸਿੰਘ, ਆਓ ਜੀ ਪਾਲ ਸਿੰਘ। ਆਓ ਵਾਹ ਪਾਲ ਸਿੰਘ, ਥੋੜ੍ਹੀ ਰੈਸਟ ਦੇਣੀ ਹੈ। ਬਾਦਸ਼ਾਹਪੁਰ ਦੇ ਉਸਲੇ ਪਾਸੇ, ਇਹਦਾ ਸ਼ੁਭ ਨਾਮ ਜਗਦੀਪ ਸਿੰਘ। ਬੋਲੇ ਸੋ ਰਿਹਾਰ, ਅੱਛਾ,
ਬੋਲੋ ਜੀ ਨਾਮ ਮਨਜੀਤ ਗੁਰਦਿਆਲ ਸਿੰਘ ਜੈਕਰ ਬੋਲੇ ਸੋਹਣੇ ਹਾਲ ਰਵਿੰਦਰ ਸਿੰਘ ਤੁਸੀਂ ਕਿੱਥੋਂ? ਲਾਡ ਬਜ਼ਾਰਾ ਚਾਹਾਂ ਤੁਹਾਡੇ ਲਾਲ ਬਜ਼ਾਰਾ ਗੁਰਪ੍ਰੀਤ ਸਿੰਘ ਵੀ ਤੁਹਾਡਾ ਇੱਕ ਜਿਹੜੇ ਨਵੇਂ ਮੁੰਡੇ ਆਏ ਨੇ ਨਾ ਸਾਰੇ, ਮੇਰੇ ਤਾਂ ਹੱਥ ਤੇ ਬੇਨਤੀ ਹੈ ਭਾਵੇਂ ਦਸ ਦਸ ਪੰਜ ਪੰਜ ਸੱਤ ਸੱਤ ਮੁੰਡੇ ਹੋਣ, ਆਪਣੇ ਆਪਣੇ ਪਿੰਡ ਵੀ ਮੈਨੂੰ ਬੁਲਾਓ, ਸਾਰੀ ਟੀਮ ਆਊਗੀ। ਕਿਉਂਕਿ ਤੁਹਾਡੀ ਟੀਮ 'ਚ ਤੁਹਾਡੇ ਪਿੰਡ 'ਚ ਤਾਂ ਤੁਹਾਡੀ ਇੰਟਰੋਡਕਸ਼ਨ ਹੋਜੂਗੀ, ਇੱਕ ਸਾਡੀ ਵੀ ਹੋਜੂਗੀ ਬੱਚਿਆਂ ਨਾਲ, ਇੱਕ ਦੂਜੇ ਮਿਲ ਲਾਂਗੇ ਆਪਾਂ, ਕੋਸ਼ਿਸ਼ ਕਰਦੇ ਹਾਂ। ਟਾਈਮ ਦੀ ਕਿਹੜਾ ਬੰਦੀ ਨਹੀਂ, ਤੁਸੀਂ ਪ੍ਰਧਾਨਾਂ ਨਾਲ ਗੱਲ ਕਰ ਲਓ ਆਪਣਾ, ਸਾਰੇ ਨਾਲ ਜਿਹੜੇ ਜ਼ਿੰਮੇਵਾਰ ਬੰਦੇ ਆ, ਆਪਾਂ ਪੀਏ ਸਾਹਿਬ ਹੈਗੇ, ਸਾਰੇ ਹੈਗੇ ਨੇ। ਹਾਂਜੀ ਪ੍ਰੋਫੈਸਰ ਸਾਹਿਬ, ਵਧਾਈਆਂ ਤੁਹਾਨੂੰ, ਤੁਹਾਡੀ ਪਾਰਟੀ ਨੂੰ। ਅੱਜ ਤੁਹਾਡੀ ਪਾਰਟੀ ਦੇ ਵਿੱਚ ਕਈ ਪਰਿਵਾਰ ਸ਼ਾਮਿਲ ਹੋਏ ਨੇ, ਅਤੇ ਇਹਦੇ 'ਤੇ ਸ੍ਰੀ ਅਕਾਲ। ਇਹਦੇ 'ਤੇ ਪੱਤਰਕਾਰ ਸਾਹਿਬ ਗੱਲ ਇਹ ਹੈ ਕਿ ਸਰਦਾਰ ਭੁਪਿੰਦਰ ਸਿੰਘ ਜੀ ਬਹੁਤ ਹੀ ਪੁਰਾਣੇ ਅਤੇ ਤਜਰਬੇਕਾਰ ਸਿੱਖ ਨੇ, ਜਿਨ੍ਹਾਂ ਨੇ ਹਰ ਸਿੱਖ ਦੀ ਤਰ੍ਹਾਂ ਬਹੁਤ ਉਤਰਾਅ ਚੜ੍ਹਾਅ ਦੇਖੇ ਨੇ। ਕਈ ਵਾਰ ਜ਼ਿੰਦਗੀ ਦਾ ਕੋਈ ਐਸਾ ਮੋੜ ਆਉਂਦਾ ਹੈ ਕਿ ਬੰਦੇ ਨੂੰ ਆਪਣੇ ਤਜਰਬੇ ਦੇ ਹਿਸਾਬ ਨਾਲ ਵਿਚਾਰ ਕਰਕੇ ਫੈਸਲਾ ਲੈਣਾ ਪੈਂਦਾ ਹੈ। ਮੈਂ ਆਪਣੇ ਤੌਰ 'ਤੇ ਸੋਚਦਾ ਕਿ ਆਹ ਜਿਹੜਾ ਮੋੜ ਹੈ, ਇਹਦੇ 'ਤੇ ਬੜੇ ਸਿੱਖਾਂ ਨੇ ਪਿੱਛਲ ਝਾਤ ਮਾਰ ਕੇ ਆਪਣੇ ਫੈਸਲੇ ਲਏ ਨੇ ਜਾਂ ਬਦਲੇ ਨੇ, ਅਤੇ ਸਰਦਾਰ ਭੁਪਿੰਦਰ ਸਿੰਘ ਵਰਗੇ ਬੰਦੇ ਕਿਹੜੀ ਧਿਰ ਨੂੰ ਨਹੀਂ ਲੋੜ ਹੁੰਦੀ। ਸੋ ਮੈਂ ਤਾਂ ਦੁਨਿਆਵੀ ਤੌਰ 'ਤੇ ਛੋਟੀ ਧਿਰ ਅਤੇ ਅਖਲਾਕੀ ਤੌਰ 'ਤੇ ਬੜੀ ਉੱਚੀ ਧਿਰ ਦਾ ਮੈਂਬਰ ਹਾਂ, ਅਤੇ ਮੈਂ ਜਿੱਥੇ ਖੁਸ਼ ਹਾਂ ਉੱਥੇ ਸਾਰੀ ਹੀ ਸੰਗਤ ਦਾ, ਉਚੇਚੇ ਤੌਰ 'ਤੇ ਭਾਈ ਭੁਪਿੰਦਰ ਸਿੰਘ ਜੀ ਹੋਣ ਦਾ ਬਹੁਤ ਬਹੁਤ ਸਵਾਗਤ ਕਰਦਾ ਜੀ। ਕੁਛ ਦਿਖਾਉਣਾ ਹੁੰਦਾ ਹੈ, ਜੋ ਕੁਝ ਉਹਦੇ ਸਾਹਮਣੇ ਆ ਕੇ ਖੜ ਜਾਂਦਾ। ਸੋ ਮੇਰੀ ਬੇਨਤੀ ਸਾਰਿਆਂ ਦੇ ਵਿੱਚ ਰਹਿ ਕੇ ਭੁਪਿੰਦਰ ਸਿੰਘ ਜੀ ਨੂੰ ਇਹ ਹੈ ਕਿ ਤੁਹਾਡਾ ਤਜਰਬਾ ਬਹੁਤ ਹੈ, ਜਿਵੇਂ ਸੁਣਿਆ ਤੁਸੀਂ ਉਸ ਦਿਨ ਮੇਰੇ ਨਾਲ ਦੋ ਚਾਰ ਗੱਲਾਂ ਵੀ ਕੀਤੀਆਂ ਨੇ, ਇਹਨਾਂ ਨੇ ਮੈਨੂੰ ਕੋਈ ਪਿਛਲਾ ਟਾਈਮ ਵੀ ਯਾਦ ਕਰਾਇਆ ਜਿਹੜਾ ਅੱਜ ਤੋਂ ਕੋਈ 32 ਸਾਲ ਪੁਰਾਣਾ ਸੀ। ਇਹਨਾਂ ਦੱਸਿਆ ਕਿ ਮੈਂ ਤੁਹਾਨੂੰ ਸ਼ਹਿਰ ਦੇ ਵਿੱਚ ਜੋ ਤੁਸੀਂ ਰਹਿੰਦੇ ਸੀ ਉੱਥੇ ਮਿਲ ਕੇ ਆਇਆ ਸੀ 1986 ਦੇ ਵਿੱਚ, ਅਤੇ ਜੇ 1986 'ਚ ਮੈਂ ਤੁਰਦਾ ਸੀ ਪਹਿਲੀ ਗੱਲ ਤਾਂ ਇਹਨਾਂ ਨੇ ਮੇਰੀ ਉਹ ਕਰਤੀ, ਤਾਂ ਮੈਂ ਤਾਂ ਅੱਜ ਵੀ ਉੱਥੇ ਤੁਰ ਰਿਹਾ। ਘੱਟੋ ਘੱਟ ਇਹ ਮੇਰੇ ਕੋਲ ਗਏ ਸੀਗੇ ਚਾਹ ਪੀਤੀ, ਅਤੇ ਜਦੋਂ ਇਹਨਾਂ ਨੇ ਮੈਨੂੰ ਚੇਤੇ ਕਰਾਇਆ ਵੀ 1986 'ਚ ਆਹ ਬੰਦੇ ਮੇਰੇ ਨਾਲ ਸੀ ਅਤੇ ਮੈਂ ਤੁਹਾਨੂੰ ਮਿਲਣ ਗਿਆ ਸੀ, ਉਦੋਂ ਤੁਸੀਂ ਯੂਨੀਵਰਸਿਟੀ ਨਹੀਂ ਸੀਗੇ, ਉਦੋਂ ਤੁਸੀਂ ਅੰਦਰਲੇ ਘਰ 'ਚ ਸੀਗੇ, ਤਾਂ ਉੱਥੇ ਮੈਂ ਤੁਹਾਨੂੰ ਮਿਲ ਕੇ ਆਇਆ ਸੀ। ਤਾਂ ਘੱਟੋ ਘੱਟ ਇੱਕ ਗੱਲ ਦੀ ਤਾਂ ਪੁਸ਼ਟੀ ਹੋ ਗਈ, ਜਿੱਥੇ ਜਿਸ ਸੋਚ ਦੇ ਨਾਲ 1986 ਦੇ ਵਿੱਚ ਸੋਚ ਕੇ ਦੇਖੋ ਇਹ ਮੈਨੂੰ ਮਿਲ ਕੇ ਆਏ ਸੀ, ਕਿਉਂਕਿ ਮੈਂ 1986 'ਚ ਤੁਰਿਆ। ਮੇਰੀ ਪਾਰਟੀ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੋਂ ਬਿਨਾਂ ਅੱਜ ਕੋਈ ਇੱਕ ਵੀ ਬੰਦਾ ਨਹੀਂ ਹੈਗਾ ਜਿਹੜਾ 1981 'ਚ ਤੁਰਿਆ ਹੋਵੇ, ਕਿਉਂਕਿ ਬਹੁਤੇ ਲੋਕ ਸਿੱਖਾਂ ਦੇ 1984 ਤੋਂ ਬਾਅਦ ਤੁਰੇ।
ਉਹ ਕਿ ਮੈਂ ਯੂਨੀਵਰਸਿਟੀ 'ਚ ਪੜ੍ਹਦਾ ਸੀ ਅਤੇ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਚਲਾ ਗਿਆ ਅਤੇ ਉਹਦੇ ਨਾਲ ਮੈਂ ਹਰਮਿੰਦਰ ਸਿੰਘ ਸੰਧੂ ਜੀ ਨਾਲ ਚੱਲ ਪਿਆ ਅਤੇ ਉਹਦੇ ਕਰਕੇ ਮੈਂ ਦਰਬਾਰ ਸਾਹਿਬ ਜਾਣ ਲੱਗ ਗਿਆ। ਦਰਬਾਰ ਸਾਹਿਬ ਜਾਣ ਕਰਕੇ ਸੰਤਾਂ ਨਾਲ ਮਿਲਣ ਲੱਗ ਗਿਆ। ਸੋ ਉਹ ਮੇਰਾ ਸਫ਼ਰ 1981 ਤੋਂ ਸ਼ੁਰੂ ਹੋ ਗਿਆ, ਬਾਕੀਆਂ ਦਾ ਸਫ਼ਰ 1984 ਤੋਂ ਬਾਅਦ ਸ਼ੁਰੂ ਹੋਇਆ। ਸੋ ਮੇਰੀਆਂ ਇਹ ਬੇਨਤੀਆਂ ਨੇ ਕਿ ਜੇ ਮੈਂ ਉੱਥੇ ਚੱਲਿਆ ਤਾਂ ਮੈਂ ਵੀ ਪੜ੍ਹਾਈ ਪੂਰੀ ਕਰ ਲਈ। ਮੈਂ BA ਕਰਕੇ ਇਸ ਕੰਮ ਦੇ ਵਿੱਚ ਆਇਆ ਸੀ, ਇਸ ਮਿਸ਼ਨ ਦੇ ਵਿੱਚ ਆਇਆ ਸੀ। ਮੈਂ ਡਬਲ MA ਵੀ ਕਰ ਲਈ, ਮੈਂ BEd ਵੀ ਕਰ ਲਈ, ਮੈਂ MPhil ਵੀ ਕਰ ਲਈ, ਮੈਂ ਯੂਨੀਵਰਸਿਟੀ 'ਚ ਪੜ੍ਹਾ ਵੀ ਲਿਆ। ਜੇ ਮੈਨੂੰ ਕਿਸੇ ਨੇ ਰੋਕਿਆ ਨਹੀਂ ਤਾਂ ਕਿਸੇ ਹੋਰ ਨੂੰ ਵੀ ਕੋਈ ਨਹੀਂ ਰੋਕ ਸਕਦਾ। ਸੋ ਮਿਸ਼ਨ ਜ਼ਰੂਰ ਔਖਾ ਹੈ, ਉਹ ਸਾਡੇ ਗੁਰੂ ਦਾ ਆਪ ਥਾਪਿਆ ਹੋਇਆ ਰਸਤਾ ਹੈ, ਉਹਨੇ ਆਪ ਕੰਡਿਆਂ ਦੇ ਉੱਤੇ ਚੱਲ ਕੇ ਅਤੇ ਮਾਛੀਵਾੜੇ ਦੇ ਜੰਗਲਾਂ ਨੂੰ ਸਰ ਕੀਤਾ ਤਾਂ ਉਹਦੇ ਪੁੱਤਰ